ਸ਼੍ਰੀ ਗੱਲ ਦੋਸਤੋ ਚੈਨਲ ਪੰਜਾਬ న్యూਸ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਸਕੂਲਾਂ ਹਸਪਤਾਲਾਂ ਦੀ ਕਿਸਮਤ ਸੁਧਰੇਗੀ ਆਪ ਸਰਕਾਰ ਲਵੇਗੀ ਐਨ ਆਰ ਆਈ ਪਾਈਚਾਰੇ ਦੀ ਮਦਦ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਗਵਾਹੀ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਸਿੱਖਿਆ ਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਦੇ ਲਈ ਪ੍ਰਵਾਸੀ ਭਾਰਤੀ ਅਹਿਮ ਭੂਮਿਕਾ ਨਿਭਾ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕੇਤ ਦਿੱਤੇ ਨੇ ਕਿ ਉਹਨਾਂ ਦੀ ਪਾਰਟੀ ਪ੍ਰਵਾਸੀ ਪੰਜਾਬੀਆਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕਿਵੇਂ ਕਰ ਸਕਦੀ ਹੈ ਸੀਐਮ ਭਗਵੰਤ ਮਾਨ ਨੇ ਹਾਲੀ ਦੇ ਵਿੱਚ ਕਿਹਾ ਅਸੀਂ ਮਾਫੀਆ ਰਾਜ ਨੂੰ ਖਤਮ ਕਰਨ ਅਤੇ ਆਪਣੇ ਬਜਟ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਪ੍ਰਵਾਸੀ ਭਾਰਤੀਆਂ ਦੇ ਬਹੁਤ ਸਾਰੇ ਫੋਨ ਆ ਰਹੇ ਨੇ ਅਸੀਂ ਪਿੰਡਾਂ ਨੂੰ ਸਕੂਲਾਂ ਨੂੰ ਗੋਦ ਲੈਣਾ ਚਾਹੁੰਦੇ ਆਂ ਅਸੀਂ ਹਸਪਤਾਲ ਗੋਦ ਲੈਣਾ ਚਾਹੁੰਦੇ ਆਂ ਅਜਿਹਾ ਇਸ ਲਈ ਕਿਉਂਕਿ ਆਪ ਸਰਕਾਰ ਨੂੰ ਲੋਕਾਂ ਨੂੰ ਵਿਸ਼ਵਾਸ ਹੈ ਉਹਨਾਂ ਦੇ ਪੈਸੇ ਦੀ ਦੁਰਵਰਤੋਂ ਨਹੀਂ ਹੋਵੇਗੀ ਅਜਿਹੇ ਵਿੱਚ ਪੰਜਾਬ ਦੇ ਬਾਦ ਰਹੇ ਐਨਆਰਆਈ ਭਾਈਚਾਰੇ ਦਾ ਸਮਰਥਨ ਪਾਰਟੀ ਦੇ ਲਈ ਸੁਨਹਿਰੀ ਮੌਕਾ ਹੈ ਪ੍ਰਵਾਸੀ ਭਾਰਤੀਆਂ ਨੇ ਪਹਿਲਾਂ ਹੀ ਮਦਦ ਕੀਤੀ ਹੈ ਪ੍ਰਵਾਸੀ ਭਾਰਤੀਆਂ ਨੇ ਆਈਟੀਆ ਨੂੰ 100 ਕਰੋੜ ਰੁਪਏ ਦਿੱਤੇ ਪੰਜਾਬ ਸਰਕਾਰ ਦੇ ਨਵੇਂ ਨੋਟੀਫਿਕੇਸ਼ਨ ਤੇ ਐਸਸੀ ਵਰਗ ਨੂੰ ਦਿੱਤਾ ਝਟਕਾ ਸਾਲ 2018 ਤੋਂ ਦਿੱਤੀਆਂ ਰਾਹਤਾਂ ਖਤਮ ਪੰਚਾਇਤੀ ਜ਼ਮੀਨਾਂ ਨੂੰ ਠੇਕੇ ਤੇ ਦੇਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸੂਬੇ ਦੇ ਐਸਸੀ ਵਰਗ ਨੂੰ ਵੱਡਾ ਝਟਕਾ ਦਿੱਤਾ ਹੈ ਸੂਬੇ ਦੀਆਂ ਪੰਚਾਇਤੀ ਜ਼ਮੀਨਾਂ ਠੇਕੇ ਤੇ ਦੇਣ ਤੇ ਜਾਰੀ ਨੋਟੀਫਿਕੇਸ਼ਨ ਵਿੱਚ ਐਸਸੀ ਵਰਗ ਤੋਂ ਕਈ ਰਾਹਤਾਂ ਵਾਪਸ ਲੈ ਲਈਆਂ ਗਈਆਂ ਨੇ ਹਾਲਾਂਕਿ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਨੇ ਪੰਚਾਇਤੀ ਜ਼ਮੀਨਾਂ ਦੀ ਬੋਲੀ ਐਸਸੀ ਵਰਗ ਨੂੰ ਦੇਣ ਲਈ ਪੁਰਾਣੇ ਨੋਟੀਫਿਕੇਸ਼ਨ ਅਨੁਸਾਰ ਕੰਮ ਕਰਨ ਦੇ ਜ਼ਬਾਨੀ ਆਦੇਸ਼ ਦਿੱਤੇ ਹਨ ਪਰ ਮਾਲਵਾ ਖੇਤਰ ਅੰਦਰ ਅਜੇ ਵੀ ਨੋਟੀਫਿਕੇਸ਼ਨ ਅਨੁਸਾਰ ਹੀ ਜ਼ਮੀਨਾਂ ਦੀ ਬੋਲੀ ਕਰਵਾਈ ਜਾ ਰਹੀ ਹੈ ਪੰਚਾਇਤੀ ਜ਼ਮੀਨਾਂ ਨੂੰ ਠੇਕੇ ਤੇ ਲੈ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ ਆ ਰਹੇ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਹੁਣ ਵੱਡੀ ਸਮੱਸਿਆ ਖੜੀ ਹੋ ਗਈ ਹੈ ਐਸ்சி ਵਰਗ ਨੂੰ ਹੱਕ ਦਿਵਾਉਣ ਦੇ ਲਈ ਮੁੱਖ ਮੰਤਰੀ ਦਾ ਕੋਠੀ ਦਾ ਘਰਾਓ 12 ਨੂੰ ਹੋਵੇਗਾ ਦਿੱਲੀ ਵਰਗਾ ਸਿੱਖਿਆ ਮਾਡਲ 40 ਤੋਂ ਵਧੇਰੇ ਸਰਲੇਖਨ ਦੀਆਂ ਲੱਖਾਂ ਪੁਸਤਕਾਂ ਹਾਲੇ ਵੀ ਨਹੀਂ ਛਪੀਆਂ ਸੋ ਵੱਡੀ ਖਬਰ ਆ ਪਰ ਉਸ ਤੋਂ ਪਹਿਲਾਂ ਨੇਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਾਠ ਪੁਸਤਕਾਂ ਦੀ ਸਪਲਾਈ ਦਾ ਕੰਮ ਮੰਦੜੇ ਹਾਲਾਤਾਂ ਦੇ ਸਿਖਰ ਤੋਂ ਵੀ ਪਾਰ ਹੋ ਗਿਆ ਅਕਾਦਮਿਕ ਸੈਸ਼ਨ 2022-23 ਸ਼ੁਰੂ ਹੋਇਆ ਇੱਕ ਮਹੀਨੇ ਤੋਂ ਵਧੇਰੇ ਸਮਾਂ ਬੀਤ ਗਿਆ ਪਰ ਸਕੂਲਾਂ ਨੂੰ ਅਜੇ ਵੀ ਸਾਰੇ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਦੀ ਸਪਲਾਈ ਨਹੀਂ ਹੋ ਸਕੀ ਜਾਣਕਾਰੀ ਦੇ ਅਨੁਸਾਰ 190 ਸਿਰਲੇਖਾਂ ਵਾਲੀਆਂ ਪਾਠ ਪੁਸਤਕਾਂ ਵਿੱਚੋਂ 40 ਤੋਂ ਜ਼ਿਆਦਾ ਹਾਲੇ ਛਪੀਆਂ ਹੀ ਨਹੀਂ ਜਾਂ ਸਿਪਾਈ ਦੇ ਅਧੀਨ ਹਨ ਇਸ ਕੰਮ ਨੂੰ ਲੈ ਕੇ ਇੱਕ ਹਫ਼ਤਾ ਹੋਰ ਲੱਗਣ ਦੀ ਸੰਭਾਵਨਾ ਜੇਕਰ ਇਹੀ ਹਾਲਾਤ ਰਹੇ ਤਾਂ ਵਿਦਿਆਰਥੀ ਆਪਣਾ ਸਿਲੇਬਸ ਕਿੱਦਾਂ ਮੁਕੰਮਲ ਕਰਨਗੇ ਇਸ ਬਾਰੇ ਪੰਜਾਬ ਦੇ ਸਿੱਖਿਆ ਵਿਭਾਗ ਦਾ ਕੋਈ ਖਾਸ ਧਿਆਨ ਨਹੀਂ ਜਾਪਦਾ ਦੂਜੇ ਪਾਸੇ ਵਿਰੋਧੀ ਧਿਰਾਂ ਇਸ ਕਾਰਨਾਂ ਨੂੰ ਲੈ ਕੇ ਦਿੱਲੀ ਸਿਖਿਆ ਮਾਡਲ ਦੇ ਨਾਲ ਜੋੜ ਕੇ ਚੁਸਕੀ ਲੈ ਰੀਆਂ ਨੇ ਟੈਂਡਰ ਲੇਟ ਹੋਇਆ ਤਾਂ ਸਿਪਾਈ ਲੇਟ ਹੋ ਜੇਗੀ ਚੇਅਰਮੈਨ ਦੇ ਦਾਅਵੇ ਨੂੰ ਨਹੀਂ ਪਿਆ ਬੂਰ ਨਵੀਆਂ ਅਤੇ ਅਨੁਵਾਦ ਵਾਲੀਆਂ ਕਿਤਾਬਾਂ ਅਜੇ ਸਿਪਾਈ ਦੇ ਅਧੀਨ ਹਨ ਕੇਂਦਰ ਦੇ ਵੱਲੋਂ ਸੁੰਗੜੇ ਦਾਣਿਆਂ ਦੀ ਨਵੇਂ ਸਿਰਿਓਂ ਸੈਂਪਲਿੰਗ ਦੇ ਹੁਕਮ ਪੜਾਵਾਰ ਬੰਦ ਹੋਣਗੀਆਂ ਮੰਡੀਆਂ ਉਹ ਸੂਬੇਪਰ ਦੇ ਵਿੱਚ ਕਣਕ ਦੀ ਆਮਦ ਵਿੱਚ ਆਈ ਪਾਰੀ ਗਰਾਵਟ ਤੋਂ ਬਾਅਦ ਖੁਰਾਕ ਸਿਵਲ ਸਪਲਾਈ ਅਤੇ ਖਾਤਕਰ ਮਾਮਲੇ ਵਿਭਾਗ ਦੇ ਸੂਬੇਪਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਬੰਦ ਕਰਨ ਦਾ ਫੈਸਲਾ ਕੀਤਾ ਹੈ ਕੇਂਦਰ ਵੱਲੋਂ ਥੰਗੜੇ ਦਾਣਿਆਂ ਦੀ ਨਵੇਂ ਸਿਰਿਓਂ ਸੈਂਪਲਿੰਗ ਕਰਨ ਦੇ ਹੁਕਮ ਦਿੱਤੇ ਨੇ ਜਿਸ ਕਰਕੇ ਸੂਬੇ ਦੀਆਂ ਮੰਡੀਆਂ ਨੂੰ ਪੜਾਵਾਰ ਢੰਗ ਨਾਲ ਬੰਦ ਕੀਤਾ ਜਾਵੇਗਾ ਇਸ ਸੰਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਖੁਰਾਕ ਸੇਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬੇ ਵਿੱਚ ਮੰਡੀਆਂ ਨੂੰ 5 ਮਈ ਤੋਂ ਪੜਾਵਾਰ ਢੰਗ ਨਾਲ ਬੰਦ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਸੰਬੰਧੀ ਨੋਟੀਫਿਕੇਸ਼ਨ ਮੰਡੀ ਬੋਰਡ ਦੇ ਵੱਲੋਂ ਜਾਰੀ ਕੀਤਾ ਜਾਵੇਗਾ ਜਾਖੜ ਨੂੰ ਪੁਲਿਸ ਵੱਲੋਂ ਮਿਲੀ ਕਲੀਨ ਚਿੱਟ ਦਲਤ ਪਾਈਚਾਰੇ ਦੇ ਖਿਲਾਫ ਟਿੱਪਣੀ ਦੇ ਲੱਗੇ ਸਨ ਦੋਸ਼ ਸੂਬਾ ਪੁਲਿਸ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਲਤ ਪਾਈਚਾਰੇ ਖਿਲਾਫ ਕਥਿਤ ਤੌਰ ਤੇ ਟਿੱਪਣੀ ਕਰਨ ਦੇ ਮਾਮਲੇ ਵਿੱਚ ਕਲੀਨ ਚਿੱਟ ਦਿੱਤੀ ਹੈ ਪੰਜਾਬ ਪੁਲਿਸ ਦੀ ਇਹ ਜਾਣਕਾਰੀ ਐਸ ਸੀ ਐਸ ਪੀ ਕਮਿਸ਼ਨ ਨੂੰ ਲਿਖਤੀ ਰੂਪ ਵਿੱਚ ਦਿੱਤੀ ਹੈ ਕਿਉਂਕਿ ਕਮਿਸ਼ਨ ਨੇ ਇਸ ਮਾਮਲੇ ਵਿੱਚ ਜਲੰਧਰ ਪੁਲਿਸ ਨੂੰ ਜਾਂਚ ਦੇ ਹੁਕਮ ਦਿੱਤੇ ਸਨ ਵੱਡੀ ਖਬਰ ਆ RBI ਦਾ ਵੱਡਾ ਫੈਸਲਾ ਰੈਪੋ ਰੇਟ ਵਧਾ ਕੇ 4.40 ਫੀਸਦੀ ਕੀਤੀ ਗਈ ਲੋਕਾਂ ਤੇ ਵਤਿਆਂ ਦਾ ਕਰਜ਼ੇ ਦਾ ਬੋਧ ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਨੀਤੀਗਤ ਵਿਆਜ ਦਰਾਂ ਵਿੱਚ ਵਾਧਾ ਕੀਤਾ ਇਹ ਦਰਾਂ ਮਈ 2020 ਤੋਂ ਬਦਲੀਆਂ ਨਹੀਂ ਸਨ ਮਹੱਤਵਪੂਰਨ ਗੱਲ ਇਹ ਹੈ ਕਿ MP ਸੀਨੇ ਵਿਆਜ ਦਰਾਂ ਨੂੰ ਵਧਾਉਣ ਦੇ ਪ੍ਰਸਤਾਵ ਤੇ ਸਰਬਸੰਮਤੀ ਨਾਲ ਵੋਟਿੰਗ ਕੀਤੀ ਇਸ ਤੋਂ ਬਾਅਦ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀ ਕਾਨ ਦਾਸ ਨੇ ਤੁਰੰਤ ਪ੍ਰਭਾਵ ਨਾਲ ਨੀਤੀਗਤ ਰੈਪੋ ਦਰ ਨੂੰ 40 ਅਧਾਰ ਅੰਕਾਂ ਦਾ ਵਧਾਉਣ ਦਾ ਹੁਕਮ ਦਿੱਤਾ ਦਾਸ ਨੇ ਕਿਹਾ ਕਿ ਫੈਸਲਾ ਵਸਤੂਆਂ ਅਤੇ ਵਿੱਤੀ ਬਾਜ਼ਾਰਾਂ ਵਿੱਚ ਜੋਖਮ ਤੇ ਵਧਦੀ ਅਸਥਿਰਤਾ ਦੇ ਕਾਰਨ ਲਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਬਣੇਗਾ ਈਵੀ ਪ੍ਰੋਡਕਸ਼ਨ ਸੈਂਟਰ ਟਾਟਾ ਟੈਕਨੋਲੋਜੀਸ ਨੇ ਦਿੱਤਾ ਆਫਰ ਵਧਣਗੇ ਰੁਜ਼ਗਾਰ ਤੇ ਮੌਕੇ। ਸੂਬੇ ਦੇ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲਣ ਦੇ ਦੇਸ਼ ਨਾਲ ਇੱਕ ਵੱਡੀ ਪੈੜ ਕਦਮੀ ਵਿੱਚ ਟਾਟਾ ਟੈਕਨਾਲੋਜੀਸ ਨੇ ਪੰਜਾਬ ਦੇ ਵਿੱਚ ਆਪਣੀ ਇਲੈਕਟ੍ਰਿਕ ਵਹੀਕਲ ਪ੍ਰੋਡਕਸ਼ਨ ਸੈਂਟਰ ਸਥਾਪਿਤ ਕਰਨ ਦੀ ਪੇਸ਼ਕਿਸ਼ ਕੀਤੀ ਹੈ। ਟਾਟਾ ਟੈਕਨਾਲੋਜੀਸ ਦੇ ਇੱਕ ਵਫਦ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਹਿਸ਼ਤੇ ਮੁਲਾਕਾਤ ਕੀਤੀ। ਵਿਚਾਰ ਵਟਾਂਦਰੇ ਦੇ ਦੌਰਾਨ ਟਾਟਾ ਟੈਕਨਾਲੋਜੀਸ ਦੇ ਗਲੋਬਲ ਸੀਈਓ ਵਾਰਨ ਹੈਰਿਸ, ਪ੍ਰਧਾਨਮ ਗਲੋਬਲ ਐਚਆਰ ਅਤੇ ਆਈਟੀ ਪਵਨ ਪਘੇੜੀਆ ਇੱਕ ਵਫਦ ਨੇ ਰਾਜ ਦੇ ਵਿੱਚ ਮੌਜੂਦਾ 250 ਕਰੋੜ ਰੁਪਏ ਦੇ ਨਿਵੇਸ਼ ਅਤੇ ਭਵਿੱਖ ਵਿੱਚ 1600 ਕਰੋੜ ਰੁਪਏ ਦੇ ਨਿਵੇਸ਼ ਨਾਲ ਇਸ ਜੁੰਟ ਨੂੰ ਸਥਾਪਿਤ ਕਰਨ ਦੀ ਡੂੰਗੀ ਦਿਲਚਸਪੀ ਵੀ ਦਿਖਾਈ ਹੈ। ਵੀਡੀਓ ਸਾਹਮਣੇ ਆਉਣ ਮਗਰੋਂ ਨਸ਼ਾ ਤਸਕਰਾਂ ਦੇ ਕਾਰਵਾਈ ਫਰੀਦਕੋਟ ਤੋਂ 7 ਦਬੋਚੇ ਇੱਕ ਵੀਡੀਓ ਸਾਹਮਣੇ ਆਉਣ ਮਗਰੋਂ ਨਸ਼ੇ ਦੇ ਕਾਰੋਬਾਰੀਆਂ ਦੇ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ। ਵਾਇਰਲ ਵੀਡੀਓ 'ਚ ਨਸ਼ਾ ਵੇਚਣ ਵਾਲੇ ਵਿਅਕਤੀ ਦੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵਿਅਕਤੀ ਫਰੀਦਕੋਟ ਦੇ ਰੇਲਵੇ ਟਰੈਕ 'ਤੇ ਨਸ਼ਾ ਵੇਚ ਰਿਹਾ ਸੀ ਸਾਰੇ ਸੱਤ ਮੁੱਲਜਮ ਗ੍ਰਿਫਤਾਰ ਕਰ ਲਏ ਗਏ ਨੇ ਵੀਡੀਓ ਚ ਨਜ਼ਰ ਆ ਰਹੇ ਵਿਅਕਤੀ ਦੀ ਸ਼ਨਾਖਤ ਜਿਆਜੀ ਵੱਜੂ ਹੋਈ ਹੈ ਪੁਲਿਸ ਨੇ ਕਾਰਵਾਈ ਕਰਦਿਆਂ ਜੈਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਐਫ ਆਈ ਆਰ ਦੇ ਵਿੱਚ ਰਵੀ ਮੁਖ ਸਪਲਾਈਅਰ ਵੱਲੋਂ ਨਾਮਜ਼ਦ ਕੀਤਾ ਗਿਆ ਹੈ ਨਵਜੋਤ ਸਿੱਧੂ ਨੇ ਸ਼ਾਇਰਾਨਾਂ ਦਾਅਵਾ ਚੁਕੀਤਾ ਟਵੀਟ ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੱਲੋਂ ਹਾਈ ਕਮਾਂਡ ਨੂੰ ਲਿਖੇ ਪੱਤਰ ਚ ਦੋ ਦਿਨਾਂ ਬਾਅਦ ਨਵਜੋਤ ਸਿੱਧੂ ਨੇ ਟਵਿੱਟਰ ਤੇ ਆਪਣੀ ਚੁੱਪੀ ਤੋੜੀ ਸਦੋਨੇ ਟਵੀਟ ਕਰਕੇ ਇਸ਼ਾਰਾ ਨਾਂ ਅਦਾਜ਼ ਵਿੱਚ ਲਿਖਿਆ ਆਪਣੇ ਖਿਲਾਫ ਗੱਲਾਂ ਮੈਂ ਅਕਸਰ ਖਮੋਸ਼ੀ ਨਾਲ ਸੁਣਦਾ ਹਾਂ ਜਵਾਬ ਦੇਣ ਦਾ ਹੱਕ ਮੈਂ ਵਕਤ ਨੂੰ ਦੇ ਰੱਖਿਆ ਹੈ ਪੰਜਾਬ ਦੇ ਵਿੱਚ ਚੱਲੇਗਾ ਬਲਡوزر ਸੀਐਮ ਮਾਨ ਬੋਲੇ ਕਾਗਜ਼ ਹੋ ਰਹੇ ਨੇ ਤਿਆਰ ਦੇਖਿਓ ਕਿਤੇ ਕਿਤੇ ਚੱਲਦਾ ਯੂਪੀ ਦੇ ਮਗਰ ਹੁਣ ਪੰਜਾਬ ਦੇ ਵਿੱਚ ਵੀ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੇ ਲਈ ਬਲਡوزر ਚੱਲੇਗਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੇ ਲਈ ਬਲਡوزر ਚਲਾਏ ਜਾਣਗੇ ਉਹਨਾਂ ਨੇ ਕਿਹਾ ਸੂਬਾ ਸਰਕਾਰ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ਾ ਸੰਬੰਧੀ ਹਰ ਕਿਸੇ ਦੇ ਕਾਗਜ਼ਤ ਤਿਆਰ ਕਰਵਾ ਰਹੀਆਂ ਮਾਨ ਨੇ ਵਿਰੋਧੀਆਂ ਤੇ ਨਿਸ਼ਾਨਾ ਵਾ ਇਹਨਾਂ ਦਾ ਕਿ ਕੁਝ ਲੋਕ ਸਰਕਾਰੀ ਕੋਠੀਆਂ ਨੂੰ ਖਾਲੀ ਕਰਨ ਲਈ ਤਿਆਰ ਨਹੀਂ ਹਨ ਗੱਡੀਆਂ ਇਹ ਨਹੀਂ ਮੋੜ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਕਾਗਜ਼ਤ ਨਿਕਲ ਨਾ ਰਹੇ ਨੇ ਤੁਸੀਂ ਵੇਖਿਓ ਬੁਲਡੋਜ਼ਰ ਕਿੱਥੇ ਕਿੱਥੇ ਚੱਲਦਾ ਪੰਜਾਬ ਦੇ ਵਿੱਚ ਨਾਜਾਇਜ਼ ਕਬਜ਼ਿਆਂ ਤੇ ਬੁਲਡੋਜ਼ਰ ਚੱਲਣਗੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜ਼ਿਕਰ ਜੋਗ ਹੈ ਕਿ ਪੰਜਾਬ ਸਰਕਾਰ ਨੇ ਹਾਲੇ ਪੰਚਾਇਤਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਹੋਈ ਹੈ ਪਗੌੜੇ ਵੱਜੋਂ ਪੋਸਟਰ ਲੱਗਣ ਇਛੋਂ ਬੈਂਸ ਨੇ ਕਿਹਾ ਵਕਤ ਦਾ ਫੇਰ ਸਾਫ ਸੁਥਰੇ ਹੋ ਕੇ ਮਕਦਮੇ ਤੋਂ ਬਾਹਰ ਆਵਾਂਗੇ ਲੋਕਾਂ ਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਾਧ ਰਹੀਆਂ ਨੇ ਜ਼ਬਰਦਸਤ ਮਾਮਲੇ ਤੋਂ ਅਦਾਲਤ ਵੱਲੋਂ ਪਗੌੜੇ ਲਾਣੇ ਜਾ ਚੁੱਕੇ ਮਲਜ਼ਮ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਸਾਹਨੇ ਹੋਰ ਮਲਜ਼ਮਾਂ ਨੂੰ ਪਗੌੜੇ ਹੋਣ ਦੇ ਪੋਸਟਰ ਪੁਲਿਸ ਤੇ ਥਾਣੇ ਤੇ ਬੋਰਡ ਦੇ ਨਾਲ ਹੋਰ ਜਨਤਕ ਥਾਵਾਂ ਤੇ ਲਾ ਦਿੱਤੇ ਨੇ ਉਧਰ ਪੋਸਟਰ ਜਾਰੀ ਹੋਣ ਤੋਂ ਬਾਅਦ ਬੈਂਸ ਨੇ ਆਖਿਆ ਕਿ ਜਿਸ ਬਦਲਾਖੂਰੀ ਤਹਿਤ ਝੂਠੇ ਪਰਚੇ ਦਰਜ ਕੀਤੇ ਗਏ ਹਨ ਉਹ ਪਾਕ ਤੇ ਸਾਫ ਹੋ ਕੇ ਮੁਕਦਮੇ ਵਿੱਚੋਂ ਬਾਹਰ ਆਉਣਗੇ ਹਵਾਈ ਮੁਸਾਫਰਾਗੇ ਖੜੀ ਖੜੇ ਕਰ ਗਈ ਕੈਨੇਡਾ ਸਰਕਾਰ ਹੱਥਸੋਕ ਵੈਨਕੂਵਰ ਤੋਂ ਬਾਅਦ ਟੋਰਾਂਟੋ ਦੇ ਪੀਆਰ ਸਨ ਇੰਟਰਨੈਸ਼ਨਲ 에ਅਰਪੋਰਟ ਤੇ ਵੀ ਮੁਸਾਫਰਾਂ ਦੀਆਂ ਲੰਮੀਆਂ ਕਤਾਰਾਂ ਨੇ ਸਭ ਤੋਂ ਜ਼ਿਆਦਾ ਮੁਸ਼ਕਲ ਵਿਦੇਸ਼ ਜਾਣ ਵਾਲੇ ਮੁਸਾਫਰਾਂ ਨੂੰ ਹੋਰੀ ਜੋ ਘੰਟਿਆਂ ਬੰਦ ਉਡੀਕ ਕਰਨ ਦੇ ਲਈ ਮਜਬੂਰ ਨੇ ਮਿਸਾਲ ਵਜੋਂ ਨਵੀਂ ਦਿੱਲੀ ਦੀ ਫਲਾਇਟ ਲਈ ਹਵਾਈ ਅੱਡੇ ਤੇ ਪੁੱਜੇ ਉਸ ਦਾ ਬੋਰਡਿੰਗ ਪਾਸਟ ਤੇ ਵੱਖਰਾ ਸਮਾਂ ਲਿਖਿਆ ਹੋਇਆ ਹੈ ਜਦ ਕਿ ਹਵਾਈ ਅੱਡੇ ਤੇ ਫਲਾਈਟ ਰਵਾਨਾ ਹੋਣ ਤੋਂ ਵੱਖਰਾ ਸਮਾਂ ਦਿਖਾਇਆ ਜਾ ਰਿਹਾ ਹੈ ਵਿੱਕੀ ਮਿੱਡੂ ਖੜਾ ਕਤਲ ਮਾਮਲੇ 'ਚ ਵੱਡਾ ਖੁਲਾਸਾ ਕਰਨਾਲ ਅਤੇ ਬਠਿੰਡਾ ਜੇਲ੍ਹ ਚੋਂ ਬੰਦ ਗੈਂਗਸਟਰਾਂ ਦੇ ਕਹਿਣ ਤੇ ਕੀਤਾ ਗਿਆ ਕਤਲ ਸੋ ਵਿੱਕੀ ਮਿੱਡੂ ਖੜਾ ਕਤਲ ਮਾਮਲੇ ਨੂੰ ਲੈ ਕੇ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਵਿੱਕੀ ਮਿੱਡੂ ਖੜਾ ਕਤਲ ਤੇ ਸ਼ਾਰਪ ਸ਼ੂਟਰਾਂ ਤੋਂ ਪੁੱਛ ਕਿਸ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ ਵਿੱਕੀ ਮਿੱਡੂ ਖੇੜਾ ਦਾ ਕਤਲ ਕਰਨਾਲ ਅਤੇ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਦੇ ਕਹਿਣ ਤੇ ਕੀਤਾ ਗਿਆ ਗੈਂਗਸਟਰ ਭੂਪੀ ਰਾਣਾ ਤੇ ਅਮਿਤ ਦਾਗਰ ਨੇ ਕਤਲ ਕਰਵਾਇਆ ਹੈ। ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖਬਰ ਸਰਕਾਰ ਨੇ ਵੀਜ਼ੇ ਦੇਣ ਸੰਬੰਧੀ ਰਫ਼ਤਾਰ ਕੀਤੀ ਤੇਜ਼ ਕੈਨੇਡਾ ਪ੍ਰਵਾਸੀਆਂ ਦੇ ਲਈ ਦੁਨੀਆ ਦਾ ਸਭ ਤੋਂ ਵਧੀਆ ਦੇਸ਼ਾਂ ਵਿੱਚੋਂ ਇੱਕ ਹੈ ਜਿਹੜੇ ਲੋਕ ਕੈਨੇਡਾ ਜਾਣ ਬਾਰੇ ਸੋਚ ਰਹੇ ਹਨ ਉਹਨਾਂ ਲਈ ਚੰਗੀ ਖਬਰ ਹੈ ਕੈਨੇਡਾ ਨੇ ਸਟੱਡੀ ਟੂਰਿਸਟ ਅਤੇ ਸਪਾਊਸ ਵੀਜ਼ੇ ਦੀ ਕੈਟਾਗਰੀ ਦੇ ਵੀਜ਼ਾ ਦੇਣ ਦੀ ਰਫ਼ਤਾਰ ਤੇਜ਼ ਕਰ ਦਿੱਤੀ ਇਸ ਮੌਕੇ ਦਾ ਫਾਇਦਾ ਚੁੱਕਦੇ ਹੋ ਤੁਸੀਂ ਜਲਦੀ ਅਪਲਾਈ ਕਰ ਸਕਦੇ ਹੋ ਤੇ ਕੁਝ ਪਲਾਂ ਚ ਹੀ ਕੈਨੇਡਾ ਪਹੁੰਚ ਸਕਦੇ ਹੋ ਕਾਂਗਰਸ ਨੇ ਭਗਵੰਤ ਮਾਨ ਨੂੰ ਬੁਲਡੋਜ਼ਰ ਚਲਾਉਣ ਵਾਲੇ ਬਿਆਨ ਉੱਤੇ ਕਿਹੜਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਜਾਇਜ਼ ਕਬਜ਼ਿਆਂ ਤੇ ਬੁਲਡੋਜ਼ਰ ਚਲਾਉਣ ਵਾਲੇ ਬਿਆਨ ਕਾਂਗਰਸ ਨੂੰ ਪਸੰਦ ਨਹੀਂ ਆਇਆ ਕਾਂਗਰਸ ਨੇ ਇਸ ਉੱਤੇ ਮਾਨ ਸਰਕਾਰ ਨੂੰ ਸਵਾਲ ਵੀ ਕੀਤੇ ਹਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬ੍ਰਿੰਦਰ ਢਿੱਲੋਂ ਨੇ ਕਿਹਾ ਕਿ ਜੇਕਰ ਬੁਲਡੋਜ਼ਰ ਚਲਾਉਣਾ ਤਾਂ ਬੇਰੋਜ਼ਗਾਰੀ ਵਰਗੇ ਮੁੱਦਿਆਂ ਤੇ ਚਲਾਓ ਉਹਨਾਂ ਨੇ ਸਵਾਲ ਕੀਤਾ ਕਿ ਕਾਰਖਾਨੇ ਕਰਵਾਉਣ ਨਾਲ ਉਹ ਸਾਰੇ ਮੁੱਦੇ ਖਤਮ ਹੋ ਜਾਣਗੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਲੋਕਾਂ ਦਾ ਧਿਆਨ ਹੋਰ ਨਾ ਮੁੱਦਿਆਂ ਤੋਂ ਭਟਕਾਉਣ ਦੇ ਲਈ ਅਜਿਹੇ ਤੂੜਮੇ ਬਿਆਨ ਦੇ ਰਹੇ ਹਨ ਪੰਜਾਬੀ ਸਿੰਗਰ ਜਸਵੀਰ ਜੱਸੀ ਤੇ ਕੇਪੀਐਸ ਗਿੱਲ ਨੂੰ ਕਿਹਾ ਪੁੱਛੜ ਫੇਸਬੁੱਕ ਤੇ ਲਾਈਵ ਹੋ ਕੇ ਖੋਲੇ ਪੁਰਾਣੇ ਰਾਜ ਪੰਜਾਬੀ ਸਿੰਗਰ ਜਸਵੀਰ ਜੱਸੀ ਨੇ ਹਾਲੀ ਦੇ ਵਿੱਚ ਇੱਕ ਪੋਸਟ ਚ ਹਲਚਲ ਮਚਾ ਦਿੱਤੀ ਉਹਨਾਂ ਨੇ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਕੇਪੀਐਸ ਗਿੱਲ ਤੇ ਕਈ ਇਲਜ਼ਾਮ ਲਾਏ ਹਨ ਜੱਸੀ ਦੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੱਸੀ ਨੇ ਫੇਸਬੁੱਕ ਤੇ ਲਾਈਵ ਹੋ ਕੇ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਕਿਹਾ ਜੀ ਕੇਪੀਐਸ ਗਿੱਲ ਨੂੰ ਬੁੱਚੜ ਕੇ ਕਿਹਾ ਕਿ ਬੁਲਾਇਆ ਇਸ ਤੋਂ ਇਲਾਵਾ ਲਾਈਵ ਵਿੱਚ ਉਹਨਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ ਨੇ ਧਾਰਮਿਕ ਭਾਵਨਾਵਾਂ ਦੀ ਕਦਰ ਕਰਨ ਦੀ ਗੱਲ ਕਰਦਾ ਜੱਸੀ ਨੇ ਲਾਈਵ ਚ ਕਿਹਾ ਕਿ ਉਹ ਦਿਲ ਤੋਂ ਸਿੱਖ ਹੈ ਤੇ ਹਮੇਸ਼ਾ ਸਿੱਖੀ ਲਈ ਖੜਾ ਰਹਾਂਗਾ ਇਸ ਦਰਾਨ ਕੋਈ ਸਮਾਂ ਪਹਿਲਾ ਵਾਇਰਲ ਹੋਈ ਇੱਕ ਵੀਡੀਓ 'ਚ ਜੇਸੂ ਕੇਪੀਐਸ ਗਿੱਲ ਦਾ ਜਿਗਰ ਹੋਇਆ ਸੀ ਉਸਨੇ ਕਿਹਾ ਉਹ ਗਲਤ ਨਹੀਂ ਹੈ ਆਪਣੀ ਆ ਭਾਵਨਾਵਾਂ ਨੂੰ ਬਿਆਨ ਕੀਤਾ ਉਸ ਸਮੇਂ ਕੇਪੀਐਸ ਗਿੱਲ ਨੇ ਉਸ ਨਾਲ ਜੋ ਕੀਤਾ ਸੀ ਜ਼ਰੂਰ ਸਾਂਝਾ ਕਰਾਂਗਾ ਜੱਸੀ ਨੇ ਕਿਹਾ ਕਿ ਕੇਪੀਐਸ ਗਿੱਲ ਬਾਰੇ ਕਿਹਾ ਕਿ ਉਹ ਇੱਕ ਬੁੱਚੜ ਸੀ ਤੇ ਮੈਂ ਉਸ ਨੂੰ ਜੁੱਤੀ ਤੇ ਰੱਖਦਾ ਹਾਂ ਉਸਨੇ ਸਮੇਂ ਮੈਨੂਪੁਰਸ ਵਾਲਿਆਂ ਨੇ ਕੇਪੀਐਸ ਦੀ ਕੋਠੀ ਚ ਚੁੱਕ ਕੇ ਛੁੱਟਿਆ ਮੈਂ ਦੁਬਾਰਾ ਉੱਥੇ ਨਹੀਂ ਗਿਆ ਜ਼ਮੀਨ ਵਿਚਾਲੇ ਜਾਂਦੇ ਰਾਹ ਨੂੰ ਲੈ ਕੇ ਦੋ ਤਿਰਾਂ ਚ ਹੋਈ ਖੂਨੀ ਚੜਪ ਤਲਵਾਰਾਂ ਤੇ ਕਈਆਂ ਨਾਲ ਕੀਤੇ ਗਏ ਵਾਰ ਸੋ ਕਸਬਾ ਕਾਦੀਆਂ ਦੇ ਪਿੰਡ ਕਹਲਾਵਾ ਦੇ ਵਿੱਚ ਜ਼ਮੀਨ ਵਿਚਾਲੇ ਜਾਂਦੇ ਰਾਹ ਨੂੰ ਲੈ ਕੇ ਵਿਵਾਦ ਹੋ ਗਿਆ ਦੋ ਤਿਰਾਂ ਚ ਖੂਨੀ ਚੜਪ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਇਸ ਖੂਨੀ ਵਾਰਦਾਤ ਮੌਕੇ ਦੋਵੇਂ ਤਰ੍ਹਾਂ ਦੇ ਲੋਕਾਂ ਵੱਲੋਂ ਇੱਕ ਕਈਆਂ ਟਕਵੇ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਇੱਕ ਦੂਜੇ ਤੇ ਸ਼ਰਿਆਮ ਵਾਰ ਕੀਤਾ ਗਿਆ ਪੰਜਾਬ ਚ ਇਹਨਾਂ ਅਧਿਆਪਕਾਂ ਨੂੰ ਮੌਨ ਮਿਲੇਗੀ ਨੌਕਰੀ ਸਿੱਖਿਆ ਵਿਭਾਗ ਨੇ ਲਿਆ ਫੈਸਲਾ 53 ਸੀਨੀਅਰ ਅਤੇ ਜੂਨੀਅਰ ਕੰਪਿਊਟਰ ਇੰਸਟ੍ਰਕਟਰ ਜੋ ਅਕਤੂਬਰ 2020 ਚ ਨੌਕਰੀ ਰਹਿਣ ਤੇ ਲਈ ਪੈਸੇ ਨਾ ਮਿਲਣ ਕਾਰਨ ਸਿੱਖਿਆ ਵਿਭਾਗ ਦੀ ਨੌਕਰੀ ਗਵਾ ਚੁੱਕੇ ਸਨ ਦੁਬਾਰਾ ਉਹਨਾਂ ਨੂੰ ਨੌਕਰੀ ਮਿਲੇਗੀ ਪਟਿਆਲਾ ਦੇ ਵਿੱਚ ਤੇਜ਼ ਚਖੜ ਜਬਦਸਤ ਗੜਿਆ ਗੜੇਮਾਰੀ ਨੇ ਬਦਲਿਆ ਮੌਸਮ ਦਾ ਮੂਜਾਜ ਪੰਜਾਬ ਦੇ ਵਿੱਚ ਪੈ ਰਹੀ ਅਤਿ ਦੀ ਗਰਮੀ ਦੇ ਦਰਮਿਆਨ ਮੌਸਮ ਨੇ ਅਚਾਨਕ ਕਰਵਟ ਲੈ ਰਹੀ ਹੈ ਜੀ ਸਵੇਰ ਤੋਂ ਹੀ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹਨ ਉੱਥੇ ਹੀ ਪਟਿਆਲਾ ਦੇ ਵਿੱਚ ਤੇਜ਼ ਝੱਖੜ ਦੇ ਨਾਲ ਨਾਲ ਜ਼ਬਰਦਸਤ ਗੜੇਮਾਰੀ ਹੋਈ ਹੈ ਜਿਸ ਨਾਲ ਪਟਿਆਲਾ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਲਾਜ਼ਮੀ ਮਿਲੀ ਹੈ ਬਟਾਲਾ ਦੇ ਨੇੜੇ ਵੱਡਾ ਹਾਦਸਾ 42 ਵਿਦਿਆਰਥੀਆਂ ਦੀ ਪ੍ਰਾਈਵੇਟ ਸਕੂਲ ਦੀ ਬੱਸ ਨੂੰ ਲੱਗੀ ਅੱਗ 7 ਬੱਚੇ ਚੁੱਲ੍ਹੇ ਸੋ ਬਟਾਲਾ ਦੇ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਕਿਸਾਨਾਂ ਦੇ ਵੱਲੋਂ 나ੜ ਨੂੰ ਲਾਈ ਗਈ ਅੱਗ ਦੀ ਲਪੇਟ ਚੋਂ ਆਣ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਬੱਸ ਅੱਗ ਦੀ ਲਪੇਟ ਚੋਂ ਆਣ ਕਰਕੇ ਪਲਟ ਗਈ ਜਿਸ ਤੋਂ ਬਾਅਦ ਡਰਾਈਵਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਜਤੋਂ ਜ਼ਿਆਦਾ ਨਾਲ ਉਸ ਵਿੱਚ ਸਵਾਰ ਬੱਚਿਆਂ ਨੂੰ ਬਾਹਰ ਕੱਢਿਆ ਜਾਣਕਾਰੀ ਦੇ ਅਨੁਸਾਰ ਸ਼੍ਰੀ ਗੁਰੂ ਹਰਰਾਏ ਪਬਲਿਕ ਸਕੂਲ ਲਾਲ ਸਿੰਘ ਦੀ ਬੱਸ ਵਿੱਚ 42 ਬੱਚੇ ਸਵਾਰ ਸਨ ਸਕੂਲ ਬੱਚਿਆਂ ਨੂੰ ਬੱਸ ਲੈ ਕੇ ਜਾ ਰਹੀ ਸੀ ਘਰ ਛੱਡਣ ਉਹਨਾਂ ਨੂੰ ਜਾ ਰਹੀ ਸੀ ਜਿਸ ਸਮੇਂ ਪਿੰਡ ਬੱਕਰੀਵਾਲ ਨੇੜੇ ਪਹੁੰਚੀ ਤਾਂ 나ੜ ਨੂੰ ਲੱਗੀ ਅੱਗ ਦੇ ਕਾਰਨ ਬੱਸ ਦਾ ਡਰਾਈਵਰ ਸੰਤੁਲਨ ਖੋ ਬੈਠਾ ਤੇ ਬੱਸ ਖੇਤਾਂ ਵਿੱਚ ਪਲਟ ਗਈ। ਪੰਜਾਬ ਦੇ ਤਿੰਨ ਵਿਦਾਇਕਾਂ ਨੂੰ 8 ਸ਼ਖਸੀਅਤਾਂ ਨੂੰ ਦਿੱਤਾ ਜਾਵੇਗਾ ਫਕਰੀ ਕੌਮ ਜਸਤਾ ਸਿੰਘ ਰਾਮਗੜੀਆ ਅਵਾਰਡ ਯੂਨਾਈਟਿਡ ਯੂਥ ਫੈਡਰੇਸ਼ਨ ਵੱਲੋਂ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਨਜ਼ਦੀਕ ਸੰਗੀਤ ਸਿਨੇਮਾ ਵਿਖੇ 8 ਮਈ ਨੂੰ ਸਵੇਰੇ 5:30 ਤੋਂ 9:30 ਵਜੇ ਤੱਕ ਮਹਾਰਾਜਾ ਜਸਤਾ ਸਿੰਘ ਰਾਮਗੜੀਆ ਦਾ 299 ਜਨਮ ਦਿਹਾੜਾ ਸ਼ਰਧਾ ਦੇ ਸਹਿਤ ਮਨਾਇਆ ਜਾਵੇਗਾ ਇਹ ਜਾਣਕਾਰੀ ਫੈਡਰੇਸ਼ਨ ਦੇ ਪ੍ਰਧਾਨ ਸੋਹਣ ਸਿੰਘ ਗੋਗਾ ਸਾਹਿਬ ਕਾ ਚੇਅਰਮੈਨ ਰਾਮਗੜੀ ਅਪਲਾਈ ਬੋਰਡ ਪੰਜਾਬ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਲਾਗੀ ਦੇ ਸਮਾਗਮ ਦਾ ਸੱਦਾ ਪੱਤਰ ਜਾਰੀ ਕਰਨ ਪਿੱਛੋ ਦਿੱਤੀ ਪੰਜਾਬ ਤੁਸ਼ਿਵ ਸੈਨਾ ਦੀਆਂ 2 ਦਰਜਨ ਤੋਂ ਵੱਧ ਫਰਜ਼ੀ ਜਥੇਬੰਦੀਆਂ ਪਟਿਆਲਾ ਹਿੰਸਾ ਮਗਰੋਂ ਖੁਲਾਸਾ ਪੰਜਾਬ ਦੇ ਵਿੱਚ ਪਟਿਆਲਾ ਦੇ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਚੜ੍ਹਤ ਤੋਂ ਬਾਅਦ ਪੰਜਾਬ ਤੁਸ਼ਿਵ ਸੈਨਾ ਦੀ ਹੋਂਦ ਤੇ ਕਈ ਸਵਾਲ ਖੜੇ ਹੋ ਗਏ ਨੇ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਸ਼ਿਵ ਸੈਨਾ ਦੀਆਂ 2 ਦਰਜਨ ਤੋਂ ਵੱਧ ਜਥੇਬੰਦੀਆਂ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਚੋਂ ਕਈ ਤਾਂ ਰਜਿਸਟਰਡ ਵੀ ਨਹੀਂ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਾਰਮਿਕ ਅਧਿਆਨ ਦੇ ਪ੍ਰੋਫੈਸਰ ਗਰਮੀਤ ਸਿੰਘ ਸਿੱਧੂ ਅਨੁਸਾਰ ਸੂਬੇ ਚ ਸ਼ਿਵ ਸੈਨਾ ਕੋਲ ਸਾਰੀਆਂ ਫਿਰਕੂ ਜਥੇਬੰਦੀਆਂ ਜਿਨ੍ਹਾਂ ਦੀ ਸਿਆਸੀ ਵੈਧਤਾ ਨਹੀਂ ਸਿੱਧੂ ਨੇ ਕਿਹਾ ਕਿ ਸ਼ਿਵ ਸੈਨਾ ਮਹਾਰਾਸ਼ਟਰ ਦੀ ਇੱਕ ਸਿਆਸੀ ਪਾਰਟੀ ਹੈ ਪਰ ਪੰਜਾਬ ਵਿੱਚ ਸ਼ਿਵ ਸੈਨਾ ਦੀ ਅਸਲੀ ਕੋਈ ਸਿਆਸੀ ਬ੍ਰਾਂਡਿੰਗ ਨਹੀਂ ਦੋਚੀ ਸਿੰਘਲਾਂ ਨੂੰ ਐਕਸ ਕਲਾਸ ਸੁਰੱਖਿਆ ਮਿਲੀ ਹੋਈ ਹੈ ਪੰਜਾਬ ਦੇ ਵਿੱਚ ਸ਼ਿਵ ਸੈਨਾ ਕਿਵੇਂ ਉਭਰੀ 1980 ਦੇ ਦਹਾਕੇ ਤੇ ਅੱਧੂ ਖਾਲਸਤਾਨੀ ਬਗਾਵਤ ਦੇ ਦਿਨਾਂ ਦੌਰਾਨ ਜਦੋਂ ਰਾਮ ਜਨਮ ਭੂਮੀ ਦਾ ਮੁੱਦਾ ਵੀ ਜੋੜ ਫਾਰੇ ਆ ਸੀ ਤਾਂ ਉੱਤਰੀ ਪਾਰ ਚੋਂ ਹਿੰਦੂ ਪਛਾਣ ਦੇ ਆਲੇ ਦੁਆਲੇ ਵੱਖਰੀਆਂ ਸਿਆਸੀ ਲਾਈਨਾਂ ਇਕੱਠੀਆਂ ਹੋ ਰਹੀਆਂ ਸਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿ ਸ਼ਿਵ ਸੈਨਾ ਧੜਿਆਂ ਦੇ ਵਿੱਚ ਵੰਡੀ ਗਈ ਹੈ ਸ਼ਿਵ ਸੈਨਾ ਰਾਸ਼ਟਰਵਾਦੀ ਦਾ ਸਿਆਸੀ ਇਤਿਹਾਸ ਹੈ ਜੇਲ ਵਿਭਾਗ ਦੇ ਰਿਟਾਇਰਡ ਡੀ ਆਈ ਜੀਜ਼ਿਸ ਖਿਲਾਫ ਮੁਕਦਮਾ ਦਰਜ ਪੰਜਾਬ ਜੇਲ੍ਹ ਵਿਭਾਗ ਦੇ ਸੇਵਾ ਮੁਖਤ ਡੀਆਈਜੀ ਲਖਮਿੰਦਰ ਸਿੰਘ ਜਾਕਰ ਅਤੇ ਡੀਆਈਜੀ ਸੁਖਦੇਵ ਸਿੰਘ ਸਾਗੂ ਵੱਲੋਂ ਜੇਲ੍ਹ ਦੇ ਵਿੱਚ ਸੁਪਰੀਡੈਂਟ ਦੇ ਕਾਰਜਕਾਲ ਦੌਰਾਨ ਬੰਦੀਆਂ ਦੇ ਕੋਲੋਂ ਫੜੇ ਗਏ ਹੈਰੋਇਨ ਨਸ਼ੀਲੇ ਕੈਪਸੂਲ ਅਤੇ ਸੈਂਕੜੇ ਕੇਸਾਂ ਵਿੱਚ ਕਾਨੂੰਨੀ ਕਾਰਵਾਈ ਨਾ ਕਰਨ ਦੀ ਆਪਣੀ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਦੇ ਆ ਫਾਇਦਾ ਪਹੁੰਚਾਉਂਦੇ ਦੋਛਾਹੇਟਾ ਜੇਲ੍ਹ ਵਿਭਾਗ ਦੇ ਸਹਾਇਕ ਸੁਪਰੀਡੈਂਟ ਦੀ ਸ਼ਿਕਾਇਤ ਤੇ ਕੀਤੀ ਗਈ ਪੜਤਾਲ ਤੋਂ ਬਾਅਦ ਥਾਣਾ ਸਿਟੀ ਫਲੋਸਪੁਰ ਵਿੱਚ ਵੱਖ-ਵੱਖ ਤਰ੍ਹਾਂਾਂ ਦੇ ਮੁਕੱਦਮੇ ਦਰਜ ਕਰ ਲਿਆ ਹੈ ਪੰਜਾਬ ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲੀ 81 ਪੀਸੀਐਸ ਤੇ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਰਾਤੋ-ਰਾਤ ਕਰ ਦਿੱਤੇ ਗਏ ਨੇ। ਜਵਾਨਾਂ ਨੂੰ ਪੈਨਸ਼ਨ ਨਾ ਮਿਲਣ ਤੇ ਰਾਹੁਲ ਗਾਂਧੀ ਨੇ ਕਿਹਾ ਰੀ ਮੋਦੀ ਸਰਕਾਰ ਕਈ 3 ਸਟਾਰ ਅਫਸਰਾਂ ਸਮੇਤ ਸੈਂਕੜੇ ਸਾਬਕਾ ਸਨਾਇਣਕਾਂ ਨੂੰ ਅਪ੍ਰੈਲ 2022 ਦੀ ਪੈਨਸ਼ਨ ਨਹੀਂ ਮਿਲੀ ਸੋ ਸਰਕਾਰ ਦੀ ਪੈਨਸ਼ਨ ਵੰਡਣ ਵਾਲੀ ਅਥਾਰਟੀ ਨੇ ਉਹਨਾਂ ਨੂੰ ਕੋਈ ਸਪਸ਼ਟੀ ਕਰਨ ਨਹੀਂ ਦਿੱਤਾ ਸੇਵਾ ਮੁਕਤੀ ਨੇ ਉਹਨਾਂ ਦੇ ਖਾਤਿਆਂ 'ਚੋਂ ਲਾਭ ਕਿਉਂ ਜਮਾ ਨਹੀਂ ਕੀਤੇ ਗਏ ਸੋ ਇਸ ਦੇ ਨਾਲ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਹੈ ਕਿ ਮੋਦੀ ਸਰਕਾਰ ਧੋਖਾ ਕਰ ਰਹੀ ਉਹਨਾਂ ਨੇ ਕਿਹਾ ਜੀ 1 ਰੈਂਕ 1 ਪੈਨਸ਼ਨ ਦੇ ਧੋਖੇ ਤੋਂ ਬਾਅਦ ਹੁਣ ਮੋਦੀ ਸਰਕਾਰ ਆਲ ਰੈਂਕ ਨੂੰ ਪੈਨਸ਼ਨ ਦੀ ਨੀਤੀ ਅਪਣਾ ਰਹੀ ਹੈ ਅਤੇ ਫੌਜੀਆਂ ਦਾ અપਮਾਨ ਕਰਨਾ ਦੇਸ਼ ਦਾ અપਮਾਨ ਹੈ ਸਰਕਾਰ ਸਾਬਕਾ ਸੈਨਿਕਾਂ ਨੂੰ ਵੀ ਪੈਨਸ਼ਨ ਜਲਦੀ ਤੋਂ ਜਲਦੀ ਦੇਵੇ ਅਮਰੀਕਾ ਨੇ ਵਰਕ ਪਰਮਿਟ ਸੰਬੰਧੀ ਕੀਤਾ ਵੱਡਾ ਐਲਾਨ ਹਜ਼ਾਰਾਂ ਪ੍ਰਵਾਸੀਆਂ ਨੂੰ ਹੋਵੇਗਾ ਫਾਇਦਾ ਬਾਈਡਨ ਨੇ ਪ੍ਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਵਰਕ ਪਰਮਿਟ ਦੀ ਸਮਾਂ ਸੀਮਾ ਨੂੰ ਸਵੈ ਚਲਿਤ ਅਤੇ ਵਦਾ ਉਣ ਦਾ ਐਲਾਨ ਕੀਤਾ ਹੈ ਜੀ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲਿਆਂ ਤੇ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਡੇਢ ਸਾਲ ਲਈ ਰੁਜ਼ਗਾਰ ਅਧਿਕਾਰ ਕਾਰਡ EAD EAD ਮਿਲਦਾ ਹੈ ਤੇ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਵੱਲੋਂ ਮੰਗਲਵਾਰ ਨੂੰ ਲਾਨੇਗੇ ਇਸ ਕਦਮ ਨਾਲ ਹਜ਼ਾਰਾਂ ਪ੍ਰਵਾਸੀ ਭਾਰਤੀਆਂ ਨੂੰ ਫਾਇਦਾ ਹੋਵੇਗਾ ਕਿਸਾਨ ਵਰਤਨਾ ਹਸਕੀਮ ਤਾਂ ਹੋ ਜਾਣਗੇ ਖੁਸ਼ਹਾਲ ਤੇ ਮਾਲੂ ਮਾਲ ਫੂਲ ਕਾ ਜ਼ਮੀਨੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਘਟਦਾ ਜਾ ਰਿਹਾ ਇਸ ਨੂੰ ਬਚਾਉਣਾ ਸਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਨੇ ਜੇਕਰ ਅਸੀਂ ਪਾਣੀ ਨੂੰ ਬਚਾਉਣ ਦੇ ਲਈ ਅੱਗੇ ਆਵਾਂਗੇ ਤਾਂ ਇਸ ਨੂੰ ਬਚਾਇਆ ਜਾ ਸਕਦਾ ਪਾਣੀ ਨੂੰ ਬਚਾਉਣ ਦੇ ਲਈ ਜ਼ਿੰਮੇਵਾਰੀ ਸੀਨੀਅਰ ਵਕੀਲ ਐਚਐਸ ਫੂਲਖਾਨਾ ਚੁੱਕੀ ਉਹਨਾਂ ਨੇ ਗੱਲਬਾਤ ਕਰਦਿਆ ਕਿ ਕਿ ਮੇਰੀ ਜ਼ਮੀਨ ਨੂੰ ਮੈਨੈਨੂੰ ਹੀ ਬਚਾਉਣਾ ਹੈ ਕਿਸੇ ਹੋਰ ਨੇ ਨਹੀਂ ਬਚਾਉਣਾ ਖਬਰ ਮਾਨ ਸਾਹ ਦੇ ਜਿੱਥੇ ਬਿਜਲੀ ਵਿਭਾਗ ਦੇ ਵੱਲੋਂ ਘਰਾਂ ਚੋਂ ਲਾਏ ਗਏ ਚਿਪ ਮੀਟਰ ਵਿਰੋਧ ਚ ਲੋਕਾਂ ਨੇ ਬੁਟੇ ਸੋ ਮਾਨ ਸਾਹ ਦੇ ਜ਼ਿਲ੍ਹੇ ਦੇ ਪਿੰਡ ਚੱਕ ਵਾਲੀ ਸ਼ੇਰ ਵਿੱਚ ਬਿਜਲੀ ਵਿਭਾਗ ਵੱਲੋਂ ਮਜ਼ਦੂਰਾਂ ਦੇ ਘਰਾਂ ਵਿੱਚ ਚਿਪ ਵਾਲੇ ਮੀਟਰ ਲਾਏ ਗਿਆ ਨਾ ਮੀਟਰ ਖਲਾ ਪਿੰਡ ਵਸੀਆਂ ਨੇ ਵਿਰੋਧ ਕੀਤਾ ਉਹਨਾਂ ਸਮੇਂ ਮੀਟਰਾਂ ਨੂੰ ਪੁੱਟ ਦਿੱਤਾ ਪਿੰਡ ਵਾਸੀਆਂ ਨੇ ਇਸ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਚੇਤਾਵਨੀ ਦਿੱਤੀ ਜੇਕਰ ਚਿਪ ਮੀਟਰ ਲਾਏ ਗਏ ਤਾਂ ਉਸ ਸਮੇਂ ਮੀਟਰ ਪੁੱਟ ਦੇਣਗੇ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਇਸ ਦਾ ਘਰਾਉ ਕੀਤਾ ਪੰਜਾਬ ਗ੍ਰਾਮ ਮਾਮਲੇ ਤੇ ਨਿਆਂ ਵਿਭਾਗ ਤੋਂ ਨਿਕਲੀਆਂ 100 ਅਸਾਮੀਆਂ 20 ਮਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਇਸ ਦੇ ਵਿੱਚ 44 ਅਸਾਮੀਆਂ ਰਾਖਵੀਆਂ ਹਨ 13 ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 12 ਨੂੰ ਸੂਚਿਤ ਜਾਤੀਆਂ ਲਈ 11 ਪਛੜੀਆਂ ਜਾਤੀਆਂ ਲਈ ਤੇ ਹੋਰ ਵਰਗਾਂ ਲਈ ਰਾਖਵੀਆਂ ਹਨ ਪੀਪੀਐਸ ਸੀ ਸਹਾਇਕ ਜ਼ਿਲ੍ਹਾ ਟਾਰਨੀ ਭਰਤੀ 222 ਦੇ ਇਸ਼ਤਿਹਾਰ ਦਾ ਲਿੰਕ ਚੈਨਲ ਤੇ ਬਾਈ ਸ਼ਾਰਟ ਵੀਡੀਓ ਵਿੱਚ ਹੈ ਹਸ਼ਿਆਰਪੁਰ ਦੀ ਕੁੜੀ ਨੇ ਅਮਰੀਕਾ ਚੋਂ ਗੱਡੇ ਝੰਡੇ ਵਿਗਿਆਨੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ ਔਰਤ ਨਾਲ ਹੋਈ ਫੋਨ ਤੇ ਬਹਿਸਬਾਜ਼ੀ ਬਣਿਆ ਐਨ ਆਰ ਆਈ ਮੁੰਡੇ ਦੇ ਕਤਲ ਦਾ ਕਾਰਨ ਤਰਨਤਾਰਨ ਤੋਂ ਤੇ ਹੀ ਅਪ੍ਰੈਲ ਨੂੰ ਐਨ ਆਰ ਆਈ ਮੁੰਡੇ ਦੇ ਕਤਲ ਕਰਨ ਇੱਕ ਔਰਤ ਹੈ ਜਿਸ ਨਾਲ ਫੋਨ ਤੇ ਬਹਿਸਬਾਜ਼ੀ ਹੋਣ ਕਰਕੇ ਮੁੰਡੇ ਨੂੰ ਗੋਲੀ ਮਾਰੀ ਗਈ ਸੀ ਫੋਨ ਕਾਲਾਂ ਦੇ ਆਧਾਰ ਤੇ ਸਥਾਨਕ ਪੁਲਿਸ ਨੇ ਗੁੱਤੀ ਨੂੰ ਸੁਲਝਾ ਲਿਆ ਤਰਨਤਾਰਨ ਪੁਲਿਸ ਨੇ ਔਰਤ ਤੇ ਉਸਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਗੋਲੀकांड ਵਿੱਚ ਨਾਮਜਦ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਵੱਲੋਂ ਵਿਸ਼ੇਸ਼ ਟੀਮਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਡਾਕ ਵਿਭਾਗ ਅਤੇ ਫੌਜ ਤੋਂ 10ਵੀਂ ਤੇ 12ਵੀਂ ਪਾਸ ਦੇ ਲਈ ਨਿਕਲੀਆਂ ਬੰਪਰ ਨੌਕਰੀਆਂ ਸੋ ਜੇਕਰ ਤੁਸੀਂ 10ਵੀਂ ਤੇ 12ਵੀਂ ਪਾਸ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਵਰਤਮਾਨ ਦੇਸ਼ ਭਾਰਤ ਤੋਂ 10ਵੀਂ ਤੇ 12ਵੀਂ ਲਈ ਬੰਪਰ ਭਰਤੀਆਂ جاری ਹਨ ਇਸੇ ਕੋਮੀਦਵਾਰ ਹੇਠਾਂ ਦਿੱਤੇ ਵੇਰਵਿਆਂ ਦੇ ਅਨੁਸਾਰ ਜਾਂਚ ਕਰਕੇ ਸਮੇਂ ਸਿਰ ਅਪਲਾਈ ਕਰ ਸਕਦੇ ਨੇ ਸੋ ਡਾਕ ਵਿਭਾਗ ਦੇ ਵਿੱਚ 38926 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ ਪੰਜਾਬ ਪੁਲਿਸ ਦੀ ਦੋ ਸਾਬਕਾ ਡੀਆਈਜੀਸ ਦੇ ਖਿਲਾਫ ਵੱਡੀ ਕਾਰਵਾਈ ਵਕਫਤਾਰਾਂਵਾਂ ਦੇ ਤਹਿਤ ਕੇਸ ਦਰਜ ਹੋ ਚੁੱਕੇ ਨੇ ਲੁਧਿਆਣਾ ਵਿੱਚ ਬੀਜ ਦੀਆਂ ਦੁਕਾਨਾਂ ਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਛਾਪੇ ਮਾਰੀਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਹਰ ਬੀਜ ਸਟੋਰਾਂ ਦੀਆਂ ਦੁਕਾਨਾਂ ਦੀ ਹੈ ਜਿੱਥੇ ਕਿਸਾਨਾਂ ਵੱਲੋਂ ਮਹਿੰਗੇ ਬੀਜ ਵੇਚਣ ਦੇ ਇਲਜ਼ਾਮਾਂ ਤਹਿਤ ਵਿਰੋਧ ਜਤਾਇਆ ਜਾ ਰਿਹਾ ਹੈ ਹਰੇਤ ਦੇ ਮੁੱਲ ਚੂ ਆਖਰ ਕਿਉਂ ਹੋਇਆ ਜਾਫਾ ਉਸਾਰੀ ਦੇ ਕੰਮਕਾਜ ਦੀ ਗੱਲ ਕੀਤੀ ਜਾਵੇ ਤਾਂ ਰੇਤ ਦਾ ਉਸ ਸਮੇਂ ਬਹੁਤ اہم کردار ਹੁੰਦਾ ਹੈ ਮੌਜੂਦਾ ਸਮੇਂ ਵਿੱਚ ਰੇਤ ਦੇ ਮੁੱਲ ਅਸਮਾਨ ਨੂੰ ਚੁੰਦੇ ਵਿਖਾਈ ਦੇ ਰਹੇ ਨੇ ਅੰਮ੍ਰਿਤਸਰ ਦੇ ਜਹਾਜ਼ਗੜ੍ਹ ਵਿੱਚ ٹرک یونین ਦੇ ਪ੍ਰਧਾਨ ਹਰਜੀਤ ਨਾ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਸਰਕਾਰ ਵੱਲੋਂ ਰੇਤ ਦੇ ਮੁੱਲ ਘਟੇ ਸਨ ਉਹਨਾਂ ਨੇ ਕਿਹਾ ਜੀ ਪੰਜਾਬ ਦੀ ਨਵੀਂ ਸਰਕਾਰ ਤੱਕ ਇਹਣਾ ਕਿ ਮੁੱਲ ਸਰਕਾਰ ਵੱਲੋਂ ਤੈਅ ਕੀਤੇ ਜਾਣਗੇ ਪਰ ਉੱਥੇ ਹੀ ਚੋਣਾ ਤੋਂ ਬਾਅਦ ਕਈ ਵੱਡੀਆਂ ਖੱਡਾਂ ਬੰਦ ਪਈਆਂ ਨੇ ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ਚੂ ਮੌਤ 5 ਦਿਨ ਮਹੀਨੇ ਪਹਿਲਾਂ ਹੀ ਗਿਆ ਸੀ ਵਿਆਹ ਕਰਵਾ ਕੇ ਵੈਨਕੂਵਰ ਦੇ ਵਿੱਚ ਬੱਬੂ ਮਾਨ ਦੇ ਸ਼ੋਅ ਨੇ ਇਤਿਹਾਸ ਰਚਾ ਪੰਜਾਬੀ ਸੰਗੀਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸ਼ੋਅ ਹੋ ਕੇ ਨਿਭੜਿਆ ਸੋ ਬਰਗਾੜੀ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਅਹਿਮ ਫੈਸਲਾ ਸੋ ਇਹ ਵੀ ਵੱਡੀ ਖਬਰ ਹੈ ਜੀ ਤੇ ਕਿਸਾਨਾਂ ਨੇ ਸ਼ੁਰੂ ਕੀਤੀ ਬਦਲਵੀਂ ਖੇਤੀ ਕੁਮਾਰ ਰਹੇ ਨੇ ਕਰੋੜਾ ਰੁਪਏ ਦਾ ਮੁਨਾਫਾ ਸੋ ਜਾਣਨ ਦੇ ਲਈ ਚੈਨਲ ਤੇ ਭਾਈ ਸ਼ਾਰਟ ਵੀਡੀਓ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਏਗਾ ਤੇ ਆਸਟ੍ਰੇਲੀਆ ਰਾਜਪੂਤ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਤੇ ਕਈ ਗੱਲਾਂ ਬਾਤਾਂ ਹੋਈਆਂ ਧੰਨਵਾਦ